ਸਾਧ ਸੰਗਤ ਘਰਾਂ ਦੇ ਅੰਦਰ ਅਸੀਂ ਭੋਜਨ ਪਕਾਉਨੇ ਆ ਭੋਜਨ ਬਣਾਉਂਦੇ ਬਣਾਉਂਦੇ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਜੇ ਅਸੀਂ ਉਹਦੀ ਬੰਦਗੀ ਨਾਲ ਕਰਦੇ ਆਂ ਕਦੀ ਵੇਖਣਾ ਘਰ ਦੇ ਵਿੱਚ ਕਲੇਸ਼ ਕਲੇਸ਼ ਅੱਧਾ ਘਟ ਜਾਏਗਾ ਕਿਉਂਕਿ ਜੈਸਾ ਅੰਨ ਖਾਈਦਾ ਵੈਸਾ ਮਨ ਹੋ ਜਾਂਦਾ ਜੇ ਅਸੀਂ ਕਹਿੰਨੇ ਆਂ ਪਰਿਵਾਰ ਦੇ ਵਿੱਚ ਕੋਈ ਜੀ ਐਸਾ ਜਿਹੜਾ ਲੜਾਈ ਝਗੜਾ ਕਰਦਾ ਠੀਕ ਨਹੀਂ ਵਰਤਦਾ ਮਾੜੇ ਕੰਮਾਂ ਵੱਲ ਤੁਰਦਾ ਉਦੇ ਘਰ ਦੇ ਸਿਰਫ ਘਰ ਦੇ ਵਿੱਚ ਹੀ ਬੰਦਗੀ ਕਰਨੀ ਸ਼ੁਰੂ ਕਰਨ ਭੋਜਨ ਬੰਦਗੀ ਦੇ ਨਾਲ ਪਕਾਉਣ ਅੱਧੇ ਤੋਂ ਜ਼ਿਆਦਾ ਕਸ਼ਟ ਵੈਸੇ ਹੀ ਦੂਰ ਹੋ ਜਾਂਦੇ ਨੇ ਬੰਦਗੀ ਕਰਨ ਦੇ ਨਾਲ ਕਿਉਂਕਿ ਬੰਦਗੀ ਨਾਲ ਹੀ ਕਸ਼ਟ ਦੂਰ ਹੋਣੇ ਨੇ ਇਸ ਕਰਕੇ ਅਕਬਰ ਕਹਿੰਦਾ ਮਹਾਰਾਜ ਜਿਹੜਾ ਤੁਸੀਂ ਭੋਜਨ ਛਕਿਆ ਮੈਂ ਇਹ ਮੈਨੂੰ ਬੜਾ ਹੀ ਸਵਾਦਿਸ਼ਟ ਲੱਗ ਰਿਹਾ ਹੈ ਬਹੋਰ ਤੀਸਰੋ ਪਾਇਸ ਪੌਰ ਤਾਤ ਸੰਵਨ ਪਾਏ ਕਬ ਔਰ ਉਹਨੂੰ ਐਸਾ ਲੱਗਿਆ ਤੀਜੀ ਗ੍ਰਾਈ ਖਾਦੀ ਪਹਿਲਾ ਮਿੱਠੇ ਦਾ ਸਵਾਦ ਆਇਆ ਤੀਜੀ ਦੇ ਵਿੱਚ ਐਸਾ ਲੱਗ ਰਿਹਾ ਜਿਵੇਂ ਹੁਣ ਇਹ ਲੂਣਾ ਹੋ ਗਿਆ ਹੈ ਜਦ ਤੁਰਤ ਮੈਂ ਪਾਇਸ ਕੋ ਪਾਇਸ ਜਿਉਂ ਜਿਉਂ ਅੰਚ ਤਿਉ ਤਿਉ ਕਿਸ ਮਾਇਸ ਜਿਵੇਂ ਜਿਵੇਂ ਖਾਂਦਾ ਚੌਥੀ ਗ੍ਰਾਈ ਚ ਖੀਰ ਦਾ ਸਵਾਦ ਆਉਂਦਾ ਹੈ ਜਿਵੇਂ ਜਿਵੇਂ ਅਕਬਰ ਪ੍ਰਸ਼ਾਦੇ ਨੂੰ ਛਕੀ ਜਾਂਦਾ ਹੈ ਖਾ ਖਾ ਕੇ ਹੈਰਾਨ ਹੋਈ ਜਾ ਰਿਹਾ ਹੈ ਖੱਟ ਰਸ ਤੇ ਸੁਭ ਸਵਾਦ ਜੇ ਹੋਏ ਅਚਿਤ ਸਾਹੁ ਨੇ ਲੀਨੇ ਸੋਏ ਛੇ ਰਸਾਂ ਦੇ ਜਿਹੜੇ ਸ਼ੁਭ ਸਵਾਦ ਨੇ ਕਿਉਂਕਿ ਛੇ ਰਸ ਮੰਨੇ ਨੇ ਜਿਹੜੇ ਸਵਾਦ ਹੋਏ ਨੇ ਉਹਨਾਂ ਸਵਾਦਾਂ ਨੂੰ ਛੇ ਰਸਾਂ ਦਾ ਸਵਾਦ ਉਸਨੇ ਗੁਰੂ ਘਰ ਦੇ ਪ੍ਰਸ਼ਾਦੇ ਚੋਂ ਹੀ ਪ੍ਰਾਪਤ ਕਰ ਲਿਆ ਹੈ ਜਨਮਤਾਰ ਜੋ ਸਵਾਦ ਨਾ ਪਾਇਓ ਲਵਣ ਬਹਿਨ ਉਗਰੋ ਖਾਇਓ ਜਨਮਤਾਰ ਕੇ ਅੱਜ ਤਾਈਂ ਇੰਦਾ ਸਵਾਦਿਸ਼ਟ ਭੋਜਨ ਨਹੀਂ ਸੀ ਖਾਦਾ ਪਰ ਅੱਜ ਉਹਨੇ ਲੂਣ ਦੇ ਰਹਿਤ ਜਿਹੜਾ ਓਗਰਾ ਭਾਵ ਦਲੀਆ ਹੈ ਉਹਦੇ ਵਿੱਚੋਂ ਐਸਾ ਸਵਾਦ ਪ੍ਰਾਪਤ ਕੀਤਾ ਹੈ ਤ੍ਰਿਪਤ ਸਾਹੋ ਕਰ ਬੋ ਖਾਰੇ ਬਿਸਮਤ ਹੋਏ ਪਰ ਜੋਰ ਉਚਾਰੇ ਬਾਦਸ਼ਾਹ ਭੋਜਨ ਸ਼ਾਕ ਕੇ ਤ੍ਰਿਪਤ ਹੋ ਗਿਆ ਹੱਥ ਧੋ ਕੇ ਮਹਾਰਾਜ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੈ ਸਿਫਤ ਆਪ ਕੀ ਕਹੀ ਨਾ ਜਾਏ ਆਰਫ ਕਲਮ ਸਭ ਸੁਖ ਦਾਏ ਗੁਰੂ ਸਾਹਿਬ ਜੀ ਨੂੰ ਕਹਿੰਦਾ ਮਹਾਰਾਜ ਤੁਹਾਡੀ ਸਿਫਤ ਮੈਂ ਕਹਿ ਨਹੀਂ ਸਕਦਾ ਆਪ ਰੱਬ ਨੂੰ ਮਿਲੇ ਹੋਏ ਹੋ ਪੂਰਣ ਹੋ ਤੇ ਸਭ ਨੂੰ ਸਭ ਸੁਖ ਦੇਣ ਵਾਲੇ ਹੋ ਜੇਕਰ ਮੇਰੇ ਪਰ ਅਨਕੂਲ ਫਰਕ ਦੇਹੁ ਕੱਚ ਕਰੋ ਕਬੂਲ ਜੇਕਰ ਮਹਾਰਾਜ ਮੇਰੇ ਅਨਕੂਲ ਕੋਈ ਸੇਵਾ ਹੈ ਮੇਰੇ ਤੇ ਕਿਰਪਾ ਕਰੋ ਮੈਂ ਬੜਾ ਖੁਸ਼ ਹਾਂ ਪਰਸਨ ਹੋ ਕੇ ਮੈਂ ਦੇ ਦਿੰਦਾ ਹਾਂ ਜੋ ਸੇਵਾ ਤੁਮਰੀ ਹੋਏ ਜਾਏ ਨੋ ਸਫਲ ਸ਼ਾਂਤੀ ਮੁਝ ਆਏ ਮਹਾਰਾਜ ਮੇਰੇ ਤੇ ਕਿਰਪਾ ਕਰੋ ਮੈਂ ਇਹ ਸਮਝਾਂਗਾ ਮੇਰੀ ਜ਼ਿੰਦਗੀ ਸਫਲ ਮੰਨੀ ਜਾਏਗੀ ਜੇ ਮੈਂ ਆਪ ਜੀ ਦੇ ਦਰ ਤੇ ਸੇਵਾ ਕਰ ਸਕਾਂ ਸਾਧ ਸੰਗਤ ਇੱਥੋਂ ਤੇ ਦੀ ਜਿਹੜੀ ਆਪਾਂ ਕਥਾ ਹੈ ਅੱਜ ਸ਼੍ਰਵਣ ਕਰਾਂਗੇ ਉਹ ਕੱਲ ਨੂੰ ਗੁਰੂ ਸਾਹਿਬ ਜੀ ਦੇ ਸਾਹਮਣੇ ਪੇਸ਼ਕਸ਼ ਕਰਦਾ ਮੇਰੇ ਵੱਲੋਂ ਤੁਸੀਂ ਜ਼ਮੀਨ ਲੈ ਲਵੋ ਗੁਰੂ ਜੀ ਉਸ ਨੂੰ ਕੀ ਜਵਾਬ ਦਿੰਦੇ ਨੇ ਇਹ ਅਗਲੀ ਜਿਹੜੀ ਕਥਾ ਅਸੀਂ ਕੱਲ ਨੂੰ ਸ਼੍ਰਵਣ ਕਰਾਂਗੇ ਗੁਰੂ ਸਾਹਿਬ ਜੀ ਕਿਰਪਾ ਕਰਨ ਸਾਧ ਸੰਗਤ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਇਹ ਜਿਹੜਾ ਮਹੀਨਾ ਸ਼ਹੀਦੀ ਮਹੀਨਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਰਾ ਪਰਿਵਾਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਮਾਤਾ ਜੀ ਮਾਤਾ ਗੁਜਰਕੌਰ ਜੀ ਨਾਲ ਦੀ ਨਾਲ ਛੋਟੇ ਸਾਹਿਬ ਜਾਦੇ ਅਤੇ ਵੱਡੇ ਮਹਾਰਾਜ ਜੀ ਦੇ ਸਾਹਿਬ ਜਾਦੇ ਇਸ ਮਹੀਨੇ ਵਿੱਚ ਸਾਰਾ ਪਰਿਵਾਰ ਵਿਛੜਿਆ ਅਤੇ ਮਨੁੱਖਤਾ ਦੇ ਭਲੇ ਹਿੱਤ ਗੁਰੂ ਸਾਹਿਬ ਜੀ ਦਾ ਸਾਰਾ ਪਰਿਵਾਰ ਸ਼ਹੀਦੀ ਪ੍ਰਾਪਤ ਕਰ ਗਿਆ ਵੀ ਸ਼ਹੀਦੀ ਨੂੰ ਪ੍ਰਾਪਤ ਹੋ ਗਏ ਇਸ ਕਰਕੇ ਸਾਧ ਸੰਗਤ ਸਾਨੂੰ ਵੈਸੇ ਤੇ ਅਸੀਂ ਉਹਨਾਂ ਦੀ ਕੁਰਬਾਨੀਆਂ ਦਾ ਦੇਣ ਨਹੀਂ ਦੇ ਸਕਦੇ ਅਸਵੇਰੇ ਬੇਨਤੀ ਕੀਤੀ ਸੀ ਵੀ ਆਪਾਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਪ੍ਰਮਾਤਮਾ ਦੇ ਅਰਥ 100-100 ਵਾਰੀ ਕੋਈ ਗਿਣਤੀ ਰੱਖ ਕੇ 100 ਵਾਰੀ 110 ਵਾਰੀ ਜਿਹੜਾ ਮੂਲ ਮੰਤਰ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਥੋਂ ਤਈ ਇਹ ਮੂਲ ਮੰਤਰ ਹੈ ਪ੍ਰਮਾਤਮਾ ਦੀ ਸਿਫਤ ਇਹਨੂੰ ਘਟੋ ਘਟ ਅਸੀਂ ਜ਼ਰੂਰ ਕਰੀਏ ਤਾਂ ਜੋ ਉਹਨਾਂ ਦੇ ਅਰਥ ਕਿਉਂਕਿ ਜਿਹੜਾ ਸ਼ਹੀਦ ਹੁੰਦਾ ਹੈ ਇਸ ਮੌਕਿਆਂ ਤੇ ਕੀਤਾ ਗਿਆ ਜਪ ਤਪ ਇਸ ਮੌਕਿਆਂ ਤੇ ਕੀਤਾ ਹੋਇਆ ਬੰਦਗੀ ਬਹੁਤੀ ਫਲਦਾਇਕ ਹੁੰਦੀ ਹੈ ਗੁਰੂ ਸਾਹਿਬ ਜੀ ਇਹ ਕਿਰਪਾ ਕਰਨ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਜਿਨਨੇ ਇੱਕ ਸਵਾਸ ਪ੍ਰਮਾਤਮਾ ਨੇ ਆ ਮਨੁੱਖਾ ਦੇਈ ਜ ਦਿੱਤੇ ਨੇ ਉਹਨਾਂ ਸਵਾਸਾਂ ਨੂੰ ਪ੍ਰਮਾਤਮਾ ਦਾ ਨਾਮ ਲੈ ਕੇ ਉਹਦੀ ਬੰਦਗੀ ਜਪ ਕੇ ਸਫਲ ਕਰ ਸਕੀਏ ਇਹ ਦੁਨੀਆ ਤੇ ਆਇਆ ਸਫਲ ਹੋਏ ਇਹ ਦੁਨੀਆ ਤੇ ਜਿਹੜੀ ਯਾਤਰਾ ਅਸੀਂ ਕਰ ਰਹੇ ਆ ਇਹ ਯਾਤਰਾ ਸਫਲ ਕਰ ਸਕੀਏ ਜ਼ਿੰਦਗੀ ਤੇ ਆਏ ਆ ਕੁਝ ਪ੍ਰਾਪਤੀ ਕਰਕੇ ਜਾਈਏ ਜਨਮ ਤੇ ਪਸ਼ੂਆਂ ਨੂੰ ਵੀ ਮਿਲਿਆ ਪੰਛੀਆਂ ਨੂੰ ਵੀ ਮਿਲਿਆ ਪਰ ਪਸ਼ੂ ਤੇ ਪੰਛੀ ਕੋ ਤਬਦੀਲੀ ਕਰਕੇ ਨਹੀਂ ਜਾਂਦੇ ਇੱਕ ਮਨੁੱਖਾ ਜਾਨ ਹੈ ਜਿਹਦੇ ਵਿੱਚ ਤਬਦੀਲੀ ਦੀ ਤਬਦੀਲੀ ਦੀਆਂ ਜਿਹੜੀਆਂ ਆਸ਼ਾਵਾ ਨੇ ਉਹ ਜੁੜੀਆਂ ਹੋਈਆਂ ਨੇ ਸੋ ਅਸੀਂ ਇਹਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਆਪਣੇ ਮਾਨਸਿਕ ਮੰਡਲ ਦੇ ਵਿੱਚ ਅਧਿਆਤਮਿਕ ਤੌਰ ਤੇ ਤਬਦੀਲੀ ਕਰ ਸਕਦੇ ਆ ਗੁਰੂ ਸਾਹਿਬ ਜੀ ਦੀ ਕਿਰਪਾ ਕਣ ਘਰਾਂ ਪਰਿਵਾਰਾਂ ਵਿੱਚ ਬੈਠ ਕੇ ਆਪਣੀਆਂ ਬੱਚੀਆਂ ਵਿੱਚ ਬੈਠ ਕੇ ਇਹਨਾਂ ਨੂੰ ਵੀ ਬੰਦਗੀ ਨਾਲ ਜੋੜੀਏ ਪਰਮਾਤਮਾ ਨਾਲ ਜੋੜੀਏ ਦੱਸਿਆ ਕਰੀਏ ਪਰਮਾਤਮਾ ਕੌਣ ਹੈ ਪਰਮਾਤਮਾ ਨੇ ਕੀ ਕੀ ਸਾਨੂੰ ਦਿੱਤਾ ਹੈ ਉਹਦੀਆਂ ਕੀ ਕੀ ਨਿਯਮਤਾ ਨੇ ਤੇ ਪਰਮਾਤਮਾ ਨਾਲ ਅਸੀਂ ਕਿਵੇਂ ਜੁੜ ਸਕਦੇ ਆ ਇਹ ਜਿਹੜੀਆਂ ਆਪਣੇ ਬੱਚਿਆਂ ਨੂੰ ਵੀ ਸਿਖਾਉਣੀਆਂ ਚਾਹੀਦੀਆਂ ਨੇ ਤਾਂ ਜੋ ਬੱਚੇ ਵੀ ਪਰਮਾਤਮਾ ਦੇ ਸ਼ੁਕਰਗੁਜ਼ਾਰ ਹੋਣ ਉਹ ਵੀ ਪਰਮਾਤਮਾ ਦੇ ਭੈ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਜਪ ਸਕਣ ਇਨੀਆਂ ਬੇਨਤੀਆਂ ਪਰਵਾਰ ਹੋਈ ਪੁਲਤਕ ਦੇ ਲਿਖੀਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ